ਸਾਸ਼ਟਰੀ ਕਾਲ ਸਾਰਿਆਂ ਨੂੰ ਜੀ ਹਾਂਜੀ ਅੱਜ ਦੀ ਅਪਡੇਟ ਨਿਊਜ਼ ਲੈ ਕੇ ਆਪ ਸਭ ਦੇ ਰੂਬਰੂ ਹੋ ਰਹੀਆਂ ਸੋ ਅੱਜ ਦੀ ਖਬਰ ਕੈਬਨਟ ਮੀਟਿੰਗ ਜੋ ਅੱਜ ਹੋਣ ਜਾ ਰਹੀ ਹੈ ਉਸ ਤੇ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਹੋ ਸਕਦੀ ਹੈ ਚਰਚਾ ਤੇ ਕਿਹਨਾਂ ਨੂੰ ਹੋ ਸਕਦਾ ਲਾਭ ਇਹ ਆਪਾਂ ਖਬਰ ਨੂੰ ਡਿਟੇਲ ਵਿੱਚ ਪੜਾਂਗੇ ਸੋ ਇਸ ਖਬਰ ਨੂੰ ਪੜਨ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ 레드 ਬਟਨ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਖਬਰਾਂ ਤੁਸੀਂ ਟਾਈਮ ਦੇ ਨਾਲ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਬਰ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਅੱਜ ਦੀ ਜਿਹੜੀ ਕੈਬਿਨੇਟ ਮੀਟਿੰਗ ਹੋਣ ਜਾ ਰਹੀ ਹੈ ਕੁਸ਼ ਆਮ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਕੀ ਫੈਸਲੇ ਲਏ ਜਾ ਸਕਦੇ ਉਹਤੇ ਆਪਾਂ ਡਿਸਕਸ਼ਨ ਕਰਾਂਗੇ ਇਸ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਵੀ ਉਮੀਦਾਂ ਉਮੀਦ ਹੈਗੇ ਵੀ ਕਾਫੀ ਜਿਹੜੇ ਫੈਸਲੇ ਆ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਤੇ ਕੁਝ ਕੁ ਚੀਜ਼ਾਂ ਹਜੇ ਵੀ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਮੈਂ ਕੱਲ੍ਹ ਵਾਲੀ ਨਿਊਜ਼ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿਉਂਕਿ ਉਹ ਵੀ ਹਜੇ ਸੈਟੀਸਫਾਈਡ ਨਹੀਂ ਹੈਗੇ ਹੋ ਸਕਦਾ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਵੀ ਇਹਦੇ ਵਿੱਚ ਗੱਲ ਰੱਖੀ ਜਾਵੇ ਤੇ ਹੋਰ ਵੀ ਮੁੱਦੇ ਜਿਵੇਂ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਅਦਾ ਤੇ ਇਹਨਾਂ ਤੇ ਗੱਲ ਹੋਣ ਦੀ ਮਾਮਲਾ ਜ਼ਿਆਦਾ ਹੈ ਬਟ ਜਿਹੜੀ ਨਿਊਜ਼ ਨਿਕਲ ਕੇ ਆ ਰਹੀ ਆ ਉਹ ਵੀ ਮੈਂ ਤੁਹਾਨੂੰ ਵਿਜੀਬਲ ਕਰਦੀ ਆ ਉਹਦੇ ਵਿੱਚ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਅਹਿਮ ਫੈਸਲੇ ਇਹਦੇ ਵਿੱਚ ਹੋ ਸਕਦੇ ਆ ਹਾਂਜੀ ਸ਼ੁਰੂ ਕਰਦੇ ਆ ਜੀ ਕੈਬਨਟ ਮੀਟਿੰਗ ਚ ਅੱਜ ਹੋਣਗੇ ਅਹਿਮ ਫੈਸਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਪੰਜਾਬ ਕੈਬਨਟ ਦੀ ਮੀਟਿੰਗ ਐਤਵਾਰ ਨੂੰ ਹੋਵੇਗੀ ਜਿਸ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਅਹਿਮ ਫੈਸਲੇ ਲਈ ਜਾਣਗੇ ਕੈਬਨਿਟ ਮੀਟਿੰਗ ਵਿੱਚ ਤਿੰਨ ਖੇਤਰੀ ਕਾਨੂੰਨਾਂ ਨੂੰ ਮੂਲੋਂ ਰੱਦ ਕੀਤੇ ਜਾਣ ਅਤੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਲੈ ਕੇ ਕੇਂਦਰੀ ਫੈਸਲੇ ਦੇ ਵਿਰੋਧ ਵਿੱਚ ਮਤੇ ਲਿਆਉਣ ਦੀ ਵੀ ਸੰਭਾਵਨਾ ਹੈ ਸਭ ਤੋਂ ਵੱਡਾ ਫੈਸਲਾ ਤੇਲ ਕੀਮਤਾਂ 'ਚ ਕਟੌਤੀ ਸੰਬੰਧੀ ਹੋ ਸਕਦਾ ਹੈ ਕਿਉਂਕਿ ਗਵਾਂਡੀ ਸੂਬਿਆਂ ਨੇ ਇਸ ਪਾਸੇ ਪਹਿਲ ਕਦਮੀ ਕਰ ਦਿੱਤੀ ਹੈ ਬਿਜਲੀ ਸਮਝੌਤਿਆਂ ਤੇ ਇਨ੍ਹਾਂ ਬਾਰੇ ਵਾਈਟ ਪੇਪਰ ਲਿਆਏ ਜਾਣ ਨੂੰ ਹਰੀ ਝੰਡੀ ਮਿਲਣ ਦਾ ਵੀ ਅਨੁਮਾਨ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਬਿਜਲੀ ਸਮਝੌਤਿਆਂ ਅਤੇ ਮਹਿੰਗਾਈ ਬਿਜਲੀ ਬਾਰੇ ਵਾਈਟ ਪੇਪਰ ਲਿਆਉਣ ਨੂੰ ਪਹਿਲਾਂ ਵੀ ਪ੍ਰਵਾਨਗੀ ਦੇ ਚੁੱਕੇ ਹਨ ਕੈਬਨਟ ਮੀਟਿੰਗ ਵਿੱਚ ਬਾਗਬਾਨੀ ਨਰਸਰੀ ਬਿੱਲ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ ਸਥਾਨਿਕ ਸਰਕਾਰਾਂ ਵਿਭਾਗ ਵੱਲੋਂ ਆਪਣੀਆਂ ਲਾਟੀਆਂ ਨੂੰ ਵਾਅਦੇ ਦੀ ਰਕਮ ਵੀ ਦਿੱਤੀ ਚਾਂਦੀ ਵਿਆਜ ਦਰ ਵਿੱਚ ਕਟੌਤੀ ਕਰਨ ਦਾ ਵੀ ਫੈਸਲਾ ਲੈਣ ਦੀ ਸੁਭਾਵਨਾ ਹੈ ਵਿਆਜ ਦਰ 50% ਦੀ ਕਟੌਤੀ ਕੀਤੇ ਜਾਣ ਦਾ ਵਿਚਾਰ ਹੈ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰਾਂ ਵੱਲੋਂ ਉਠਾਏ ਜਾਂਦੇ ਮੁੱਦਿਆਂ ਅਤੇ ਮੰਗਾਂ ਨੂੰ ਵੀ ਪਾਲਕ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਦੀ ਸੁਭਾਅ ਹ ਸੋ ਇਹ ਜਿਹੜੇ ਅੱਜ ਅਹਿਮ ਫੈਸਲੇ ਹੋਣੇ ਇਸ ਨਿਊਜ਼ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਇਹ ਜਿਹੜੇ ਮੇਨ ਜਿਹੜੀਆਂ ਗੱਲਾਂ ਜਿਨ੍ਹਾਂ ਨੂੰ ਲੈ ਕੇ ਕੈਬਨਟ ਮੀਟਿੰਗ ਹੋ ਰਹੀ ਹੈ ਤੇ ਹੋ ਸਕਦਾ ਇੱਕ ਦੋ ਹੋਰ ਵੀ ਨਾਲ ਗੱਲਾਂ ਜਾਂ ਮੁੱਦੇ ਜੁੜੇ ਹੋਣ ਜੋ ਇਹਦੇ ਵਿੱਚ ਡਿਸਕਸ ਕੀਤੇ ਜਾ ਸਕਦੇ ਆ ਸੋ ਸ਼ਾਮ ਨੂੰ ਜਦੋਂ ਕੈਬਨਟ ਮੀਟਿੰਗ ਖਤਮ ਹੁੰਦੀ ਹੈ ਤਾਂ ਉਹਦੀ ਅਪਡੇਟ ਲੈ ਕੇ ਤੁਹਾਡੇ ਨਾਲ ਅਸੀਂ ਫੇਰ ਸੰਮੁਖ ਹੋਵਾਂਗੇ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆਉਣਗੀਆਂ ਜਿਹੜੇ ਫੈਸਲੇ ਲਏ ਜਾਣਗੇ ਕਿੰਨਾ-ਕਿੰਨਾ ਨਾਲ ਜੁੜੇ ਹੋਣਗੇ ਤੇ ਕਿਨਾਂ ਤੇ ਕੀ ਜਿਹੜੇ ਰਿਜ਼ਲਟ ਨਿਕਲਣਗੇ ਜਾਂ ਕੀ ਫੈਸਲੇ ਦਿੱਤੇ ਜਾਣਗੇ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਡਿਸਕਸ ਕਰਾਂਗੇ ਸੋ ਇਸ ਲਈ ਅਸੀਂ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨਾਲ ਜੁੜੇ ਰਹੋ ਜੀਨੀਅਸ ਸਟੱਡੀ ਹਬ ਰੈੱਡ ਬਟਨ ਕਲਿੱਕ ਕਰਕੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਟਾਈਮ ਟੂ ਟਾਈਮ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰ ਸਕੋ ਧੰਨਵਾਦ ਜੀ